आंदे ਆ ਵੇਖੀ 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 ਓਏ 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 ਨਿਕਲਦੇ ਅਧਰੋ ਅਧਰੋ ਲੈ ਕੇ ਜਾਂਦਾ ਹੈਗਾ ਹੈ ਜਾਨ ਜਾਨ ਐਥੇ ਆਵਾ ਤੈਂਦੀ ਤੇ ਬਣਾਉਣਾ ਕੀ ਹੋਇਆ ਇਹ ਗਲੀ ਨਾਨੀ ਤੋਂ ਟਰੈਕਟਰ ਟਰਾਲੀ ਆਈ ਸੀ ਤੇ ਨਾਲੀ ਛਾਲੀ ਕਰੀ ਹੈਗੀ ਨਾ ਇਹ ਖੋਲ ਕੇ ਚਲੇ ਗਏ ਹੈਗੇ ਆ ਤੇ ਹੁਣ ਮੈਂ ਚੱਲਿਆ ਹੈਗਾ ਵਾਂ ਚਲੋ ਵਾਪਸ ਘਰ ਚਲੋ ਸਭ ਤੋਂ ਵੀ ਘਰ ਨਾ ਜੀ ਤਾਂ ਮੈਂ ਹੁਣ ਚੱਲਿਆ ਹੈਗਾ ਵਾਂ ਸਬਜ਼ੀ ਲੈਣ ਅਤੇ ਸਬਜ਼ੀ ਵਾਲੀ ਦੁਕਾਨ 'ਤੇ ਜਾ ਕੇ ਮਿਲਦੇ ਹੈਗੇ ਹਾਂ ਅਤੇ ਅੱਜ ਮੈਚ ਹੈਗਾ ਵਾ ਮੁਲਤਾਨ ਸੁਲਤਾਨ ਦਾ ਅਤੇ ਕੁਆਇਟਾ ਦਾ ਵੇਖਦੇ ਹਾਂ ਅੱਜ ਕੌਣ ਜਿੱਤੇਗਾ ਮੇਰੇ ਸਨ ਮੁਲਤਾਨ ਫੇਵਰੇਟ ਟੀਮ ਜੇ ਬੱਚੇ ਜਾ ਰਹੇ ਹਾਏ ਨਾਜ਼ਰੀਨ ਕੈਸੇ ਹੈ ਓ ਅਤੇ ਨਿਆਣੇ ਸਿਆਣੇ ਖੇਡਦੇ ਪਏ ਹੈਗੇ ਅਤੇ ਅੱਜ ਮੁਲਤਾਨ ਬਣਦਾ ਮੈਚ ਅਤੇ ਇੱਕ ਉਹ ਮੁੰਡਾ ਆ ਰਿਹਾ ਹੈਗਾ ਵਾ ਅਤੇ ਉਹਦੇ ਕੋਲ ਪੁੱਛਦੇ ਹੈਗੇ ਕਿ ਕਿਹੜਾ ਅੱਜ ਮੈਚ ਜਿੱਤੇਗਾ ਅਤੇ ਕਾਲਾ ਸੂਟ ਉਹਨੇ ਪਾਇਆ ਹੋਇਆ ਨੱਸ ਕੇ ਆਇਆ ਨੱਸ ਕੇ ਆ ਚਲਾ ਗਿਆ ਹੈਗਾ ਤਾਂ ਉੱਥੇ ਰੁਕ ਕੇ ਹੈਗਾ ਇੱਥੇ ਬਣਦੇ ਪਏ ਮਕਾਨ ਸ਼ਕਾਨ ਤੋਂ ਜੇ ਮੁਰਗੀ ਕਿਸੇ ਕੋਲ ਇੰਗਲਿਸ਼ ਮੈਂ ਕਹਿੰਦੇ ਹਨ ਜੇ ਜਾ ਰਹੇ ਓਏ ਅੱਜ ਮੁਲਤਾਨ ਜਿੱਤੇਗਾ ਕੁਆਇਟਾ ਜਿੱਤੇਗਾ ਮੈਚ ਵੇਖਦਾ ਕੋਈ ਨਹੀਂ ਕੌਣ ਜਿੱਤੇਗਾ ਅੱਜ ਕੁਆਇਟਾ ਮੁਲਤਾਨ ਜਿੱਤੇਗਾ ਅੱਜ ਮੁਲਤਾਨ ਮੁਲਤਾਨ ਬਣਦਾ ਮੈਚ ਤੁਹਾਨੂੰ ਫਿਰ ਉੱਥੇ ਸਬਜ਼ੀ ਵਾਲੀ ਦੁਕਾਨ ਜਾ ਕੇ ਮਿਲਦੇ ਹੈਗੇ ਨਾ ਜੀ ਨਾਜ਼ਰੀਨ ਤੋਂ ਮੈਂ ਸਬਜ਼ੀ ਲੈਣ ਜਾ ਰਿਹਾ ਹੈਗਾ ਸੀ ਅਤੇ ਭਾਈ ਜਿਹੜੀ ਰਿਕਸ਼ਾ ਮਾਸ਼ਾਅੱਲਾ ਨੇ ਸਪੈਸ਼ਲੀ ਦਿੱਤੀ ਹੈਗੀ ਜੋ ਵੈਸ ਦੇ ਰਹੇ ਹੈਗੇ ਤੇ ਸਰ ਇਹ ਦੇਖ ਆਏ ਹਾਏ ਚੱਲ ਹੁੰਦੇ ਸਰਵਿਸ ਕੀਤੀ ਹੈ ਉਸਤਾਦ ਸਰਵਿਸ ਕੀਤੀ ਆ ਵਾਹ 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 ਸਹੀ ਆ ਕਿੰਨੇ ਦਾ ਰਸਤਾ ਲਿਆ ਹੈਗਾ 2.5 ਲੱਖ ਦਾ ਅੱਛਾ ਇਹ ਚੀਜ਼ ਨਾ ਵੀ ਅੱਛਾ ਵੇਖੇ ਆਹ ਪੂਰੇ 2.5 ਲੱਖ ਦਾ ਵਾਹ ਜੀ ਰਾਂਝਾ ਸੁਹੇਲ ਨਾ ਜੀ ਰਿਕਸ਼ਾ ਦੇਖੇ ਕਿਸੇ ਆਹ ਪੱਪੂ ਵਾਲਾ ਰਿਕਸ਼ਾ ਹੈਗਾ ਕਿਆ ਬਾਤ ਹੈ ਅਤੇ ਸਬਜ਼ੀ ਵਾਲੀ ਦੁਕਾਨ ਵੀ ਮਿਲਦੇ ਹੈਗੇ ਜਾ ਕੇ ਨਾਜ਼ਰੀਨ ਤੋਂ ਮੈਂ ਤਾਂ ਪਹੁੰਚ ਗਿਆ ਵਾਂ ਸਬਜ਼ੀ ਵਾਲੀ ਦੁਕਾਨ 'ਤੇ ਮਾਸ਼ਾਅੱਲਾ ਕੀ ਹਾਲ ਉਸਤਾਦ ਠੀਕ ਹੋ ਮਟਰ ਕਿਵੇਂ ਲਾਈ ਪਏ ਹੋ ਹੈਂ ਮਟਰ ਕਿਵੇਂ ਲਾਈ ਪਏ ਹੋ 200 ਰੁਪਏ ਕਿਲੋ ਚਲੋ ਅੱਧਾ ਕਿਲੋ ਕਰ ਦਿਓ ਫਿਰ ਉਸਤਾਦ ਜੀ 100 ਰੁਪਏ ਦੇ ਮਟਰ ਕਰਨ ਲੱਗੇ ਹੈਗੇ ਮਾਸ਼ਾਅੱਲਾ ਤਾਂ ਜੇ ਤਾਂ ਮੈਂ ਦੇਖੋ ਮਾਸ਼ਾਅੱਲਾ ਹੋਰ ਉਸਤਾਦ ਹੈਂ ਮੈਂ ਬਣਾ ਦੇਣਾ ਨਹੀਂ 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 ਅੱਛਾ ਤੁਸੀਂ ਕੰਮ ਕਰਦੇ ਜਲਾ ਚਿਕਨ ਵਾਲਾ ਅਤੇ ਤੁਹਾਨੂੰ ਕਿੰਨਾ ਅਰਸਾ ਹੋ ਗਿਆ ਕੰਮ ਕਰਦੇ ਪਏ ਮੈਨੂੰ 3 ਸਾਲ ਹੋ ਗਏ 3 ਸਾਲ ਹੋ ਗਿਆ ਅੱਛਾ ਸਹੀ ਦਿਹਾੜੀ ਬਣ ਜਾਂਦੀ ਹੈ ਸਹੀ ਦਿਹਾੜੀ ਬਣ ਜਾਂਦੀ ਹੈ ਅੱਛਾ ਅਤੇ ਕਿੰਨਾ ਖਰਚਾ ਹੈਗਾ ਹੋਟਲ ਖਰਚੇ ਦੇ ਅੱਛਾ ਅਤੇ ਹੋਰ ਕਾਕਾ ਤੇਰਾ ਕੀ ਨਾਮ ਹੈ ਸਜਾਦ ਬੜਾ ਸਮਝ ਕੇ ਤਾਂ ਜਾਏਗਾ ਸਜਾਦ ਹਾਂ ਬਸ ਅਤੇ ਕੀ ਕਰਦਾ ਹੁੰਦਾ ਕਿੰਨੀਵੀਂ ਕਲਾਸ 'ਚ ਪੰਜਵੀਂ 'ਚ ਪੜ੍ਹਦਾ ਹੁੰਦਾ ਕਿਹੜੇ ਸਕੂਲ ਹੈ ਉਹ ਕਿੱਥੇ ਹੈਗਾ ਪਰਲੀ ਸਾਈਡ 'ਤੇ ਹੈਗਾ ਅੱਛਾ ਅਤੇ ਚੀਜ਼ ਹੋਰ ਕਿੰਨੇ ਕੁ ਉੱਥੇ ਸਕੂਲ ਦੇ ਬੱਚੇ ਆ ਜਾਂਦੇ ਆ ਕਿੰਨੇ ਕੁ ਬੱਚੇ ਆ ਜਾਂਦੇ ਸਕੂਲੇ 500-600 ਅੱਛਾ ਸਹੀ ਵੱਡਾ ਹੋ ਕੇ ਕੀ ਬਣਨਾ ਹੈਗਾ ਤੂੰ ਕਾਮਯਾਬ ਕਰੇ ਅੱਲਾ ਕਾਮਯਾਬ ਕਰੇ ਹੈ ਬੱਚੀ ਡਾਕਟਰ ਬਣਨਾ ਹੈਗਾ ਵਾ ਅਤੇ ਬਾਕੀ ਕਿੰਨੇ ਭਰਾ ਹੋ ਤੁਸੀਂ ਦੋ ਭਰਾ ਦੋ ਭੈਣ ਅੱਛਾ ਤਾਂ ਕਿਹੜਾ ਬਾਕੀ ਤੇਰਾ ਭਰਾ ਹੁੰਦਾ ਕੀ ਵੱਡਾ ਉਹ ਕਿੰਨੇ ਕੀ ਬਣਨਾ ਵੱਡਾ ਹੋ ਕਹਿੰਦੇ ਉਹਨਾਂ ਨਹੀਂ ਪਤਾ ਹੈਗਾ ਅੱਛਾ ਉਹ ਬੱਚੀ ਬੱਚੀ ਵੇਖ ਯਾਰ ਮੋਟਿਆ ਅੱਛਾ ਉਹ ਪੈਸੇ ਹੋ ਗਏ ਉਸਤਾਦ ਨਾਜ਼ਰੀਨ ਤੋਂ ਇਹ ਸਬਜ਼ੀ ਇਹ ਮਟਰ ਸ਼ਟਰ ਲੈ ਲਿਆ ਅਤੇ ਧਨੀਆ ਸ਼ਨੀਆ ਤੋਂ ਲੈ ਕੇ ਹੁਣ ਦਿੰਦੇ ਘਰ ਜੀ ਨਾਜ਼ਰੀਨ ਤੋਂ ਮੈਂ ਦੁਕਾਨ ਤੋਂ ਦਹੀਂ ਲੈ ਕੇ ਆਇਆ ਹਾਂ ਅਤੇ ਦਹੀਂ ਲੈ ਕੇ ਮੈਂ ਚੱਲਾਂ ਵਾਂ ਘਰ ਅਤੇ ਮੇਰਾ ਦੋਸਤ ਮਿਲ ਗਿਆ ਕੀ ਨਾਮ ਹੈ ਤੇਰਾ ਦੋਸਤ ਮੇਰਾ ਹੈਗਾ ਪਰ ਨਾਮ ਦਾ ਨਹੀਂ ਪਤਾ ਮੈਨੂੰ ਇਹ ਭਾਈ ਜੀ ਕਿੱਧਰ ਆਇਆ ਚਲੋ ਪਲੇਟ ਨਾਜ਼ਰੀਨ ਵੱਡੀ ਵੱਡੀ 1-2-3-4 ਇਹ ਕਿੰਨੇ ਦੀ ਇੱਕ ਉਸਤਾਦ ਨਹੀਂ ਨਹੀਂ ਇਹ ਪਲੇਟ ਕਿੰਨੇ ਦੀ ਇੱਕ
ਅੱਲਾ 70,000 ਦੀ ਚਾਪ ਲੈ ਕੇ ਜਾ ਰਹੇ ਸੱਚ 28,80,000 ਦਾ ਮਾਲ ਜਾ ਰਿਹਾ ਕੀ ਸਲਾਈ ਹਾਂ ਬਣ ਲਈ ਉਹਨੇ ਬੰਨੀ ਆ ਗਿਆ ਬੰਨੀ ਅੱਛਾ ਅੱਗੇ ਬੰਨੀ ਹੈਗੀ ਨੇ ਹਾਂ ਸਹੀ ਸੁਣਾ ਕਿੱਧਰੋਂ ਆ ਰਹੇ ਇੱਧਰੋਂ ਆ ਰਹੇ ਇੱਧਰੋਂ ਆ ਰਹੇ ਹਾਂ ਅੱਛਾ ਆਵਾਜ਼ਾਂ ਮਾਰਨ ਦੇ ਕੀ ਕੰਮ ਆ ਕੰਮ ਜਿਹੜਾ ਹੈ ਸੋ ਵੱਖ ਹੋ ਗਿਆ ਦੱਸ ਸਹੀ ਹੈਂ ਬਾ ਹੋ ਗਿਆ ਕੰਮ ਹੋ ਗਿਆ ਵਾ ਪਿਆਰੇ ਭਾਈ ਤੁਸੀਂ ਵੇਖਿਆ ਹੁਣ ਅਕਸਰ ਇਹਨਾਂ ਨੂੰ ਸਾਡੇ ਕੋਲ ਆਏ ਹੋਏ ਆ ਅਦਰ ਚਿਹਰਾ ਸ਼ਰੀਫ ਕਰੋ ਵਾਲੇਕੁਮ ਸਲਾਮ ਸੁਲਤਾਨ ਸਾਹਿਬ ਆਏ ਹੋਏ ਇਜ਼ ਕਮਿੰਗ ਤੋਂ ਇੱਧਰ ਸਾਰੇ ਸਕੂਲ ਵਾਲੇ ਕਿਹੜੇ ਬੈਰਪੁਰ ਚੁੱਕ ਕੇ ਲੈ ਗਏ ਆ ਕਿੱਦੋਂ ਜਾਂਦੇ ਹੈਗੇ ਕਹਿੰਦੇ ਯਾਰ ਬੈਰਪੁਰ ਖਵਾ ਮੈਂ ਕਿ ਖਵਾ ਦਈਏ ਅਤੇ ਹੁਣ ਗੱਗੀ ਛੱਗੀ ਵੇਖਣ ਲੱਗੇ ਹਾਏ ਹਾਏ ਟਰੈਕਟਰ ਪਿਆ ਹੋਇਆ ਜੀ ਇਹ ਚੀਜ਼ ਇੱਕੋ ਡੈਂਟਿੰਗ ਹੋਈ ਜਾਂ ਹੋਰ ਵੀ ਕਿਵੇਂ ਸਹੀ ਆ ਕਿਵੇਂ ਚੈਨਲ ਲਾਈਕ ਸਬਸਕ੍ਰਾਈਬ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਐਂਡ ਸ਼ੇਅਰ ਕਰੋ ਆਏ ਹਾਏ 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 ਇਹ ਵਾਇਰਲ ਹੋ ਜਾਣਾ ਤੇਰਾ ਟਿਕਟੋਕ 'ਚ ਪਾਵਾਂਗੇ ਹਾਏ ਜੀ ਸੁਲਤਾਨ ਸਾਹਿਬ ਬੈਠ ਗਏ ਕੀ ਬਾਤ ਤੁਸੀਂ ਤਾਂ ਫੁੱਲ ਮਾਸਟਰ ਹੋ ਐਵੇਂ ਚਾਚੂ ਜੀ ਚੌਧਰੀ ਆ ਬੇਟੇ ਵਿੱਚ ਕਿਆ ਬਾਤ ਹੈ ਤੁਸੀਂ ਵੇਖ ਲਿਆ ਕਾਰ ਸ਼ਰ ਵੇਖ ਲਿਆ ਹੈਗੀ ਉਸ ਤੋਂ ਬਾਅਦ ਅੱਗੇ ਫਿਰ ਤੁਹਾਨੂੰ ਕਿਵੇਂ ਕਿਵੇਂ ਮਤਲਬ ਹੋਏਗੀ ਰੂਟੀਨ ਸ਼ੇਅਰ ਕਰਾਂਗੇ ਨਾਜ਼ਰੀਨ ਤੋਂ ਅਸਾਂ ਚੱਲੇ ਹੈਗੇ ਘੁੰਮਣ ਫਿਰਨ ਤਾਂ ਗੱਡੀ ਬਾਹਰ ਆ ਰਹੀ ਹੈ ਆਉਂਦੇ 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 ਵੋਟ ਕਿਹਨੂੰ ਪਾ ਰਹੇ ਵੋਟ ਇਮਰਾਨ ਖਾਨ ਨਹੀਂ ਮਿਕਸ ਹੈ ਅੱਛਾ ਕੱਲਾ ਇਮਰਾਨ ਖਾਨ ਤਰੀਕੇ ਲੱਭਾ ਕੱਲ ਨੂੰ ਤਰੀਕੇ ਲੱਭਾ TLP 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 ਹਾਂ TLP ਤਰੀਕੇ ਲੱਭਾ ਕੱਲ ਨੂੰ ਆਂਦੇ ਆਂ ਦਰਵਾਜ਼ਾ ਹੈ ਚਲ ਠੀਕ ਹੈ ਇੱਥੇ ਆਂਦੇ 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 ਦਰਵਾਜ਼ਾ ਬੰਦ ਕਰਕੇ ਅਸਾਂ ਫਿਰ ਚੱਲਦੇ ਪਏ ਹੈ ਜੀ ਨਾਜ਼ਰੀਨ ਤੋਂ ਅਸਾਂ ਪੱਕੇ ਤੇ ਪਹੁੰਚ ਗਏ ਹੈਗੇ ਹਾਂ ਤੇ ਤੁਸੀਂ ਪੱਕੇ ਦੇ ਨਜ਼ਾਰੇ ਵੇਖੋ ਕਿਆ ਬਾਤ ਹੈ ਜੀ ਕਿਹੜੀ ਪੱਕੀ ਹੈ ਇਹ ਵੀ ਦੱਸੋ ਨਾ MM ਰੋਡ ਨੂੰ ਦੱਸ ਰਹਾ ਉਹ ਪੱਕੀ ਹੈ ਜਿਹੜੀ ਕਹਿੰਦੇ ਕਰਾਚੀ ਤੋਂ ਲੈ ਕੇ ਅਫਗਾਨਿਸਤਾਨ ਤੱਕ ਜਾਂਦੀ ਹੈ ਉਹ ਪੱਕੀ ਹੈ ਅੱਛਾ ਉਹ ਜੀ ਪੱਕੀ ਹੈ ਇਹ ਉਹ ਪੱਕੀ ਹੈ ਹਾਂ ਇਹ ਉਹ ਪੱਕੀ ਹੈ ਜਿਹਦਾ ਮੁਸ਼ਰਫ ਨੇ ਅੱਲਾਹ ਤਾਲਾ ਉਹਦੇ ਮਵਰ ਫਰਮਾਏ ਆਮੀਨ ਇਹ ਉਹ ਪੱਕੀ ਹੈ ਜਿਹੜਾ ਮੁਸ਼ਰਫ ਨੇ ਉਹਨੂੰ ਕਹਿੰਦੇ ਇਜਾਜ਼ਤ ਦਿੱਤੀ ਸੀ ਅਮਰੀਕਾ ਨੂੰ ਅੱਛਾ ਇਹ ਬਾਇਰ ਰੋਡ ਕੰਟੇਨਰ ਇੱਥੋਂ ਗਏ ਸੀ ਅਫਗਾਨਿਸਤਾਨ ਸਹੀ ਜਿੰਨਾ ਦਿਨ ਤੋਂ ਬਾਜ਼ਾਰ ਪਹੁੰਚ ਗਏ ਹੈਗੇ ਅਤੇ ਬਾਜ਼ਾਰ ਦੇ ਨਜ਼ਾਰੇ ਤੁਸੀਂ ਦੇਖੋ ਫਸਟ ਟਾਈਮ ਕਾਰ